ਜਦੋਂ ਗੱਲ ਹੋਈ ਤੇ ਉਹ ਗੱਲ ਸੁਣੀ ਸੁਣੀ ਗੁੱਸੇ ਚ ਕਹੀ ਗਈ। ਆਪਾਂ ਯਾਰ ਸਿੱਖੀ ਨੂੰ ਮੈਂ ਬਹੁਤ ਜ਼ਿਆਦਾ ਮੰਨਦਾ। ਆਪਾਂ ਚਲ ਸਿਰ ਜੇ ਬਾਲ ਨਹੀਂ ਵੀ ਰੱਖੇ ਨਾ, ਆਪਾਂ ਗੱਲ ਵੀ ਕਟਵਾ ਸਕਦੇ। ਇੰਨੀ ਇਹ ਵੀ ਗੱਲ ਅਸੀਂ ਇੱਥੇ ਆ ਕੇ ਦੇਖੀ ਜਿਹੜੀ ਹਕੀਕਤ ਆ। ਗੁਰਬਾਣੀ ਚੱਲ ਰਹੀ ਸੀ ਨਾਲ ਮਿਹਨਤ। ਇਹ ਬਾਜੀ ਇੱਕ ਗੱਲ ਸੱਚ ਹੋ ਰਹੀ, ਮੈਂ ਹੋਰ ਕਈ ਥਾਂ ਤੇ ਦੇਖਿਆ ਲੋਕ ਨੱਚਣ ਟੱਪਣ ਵਾਲੇ ਗੀਤ ਸੰਗੀਤ ਲਾਏ। ਜਦੋਂ ਤੁਸੀਂ ਮਿਹਨਤ ਕਰਦੇ ਸੀ ਤੇ ਨਾਲ ਬਾਣੀ ਤੁਸੀਂ ਵੀ ਪੜ੍ਹਦੇ ਸੀ ਤੇ ਨਾਲ ਬਾਣੀ ਚੱਲ ਵੀ ਰਹੀ। ਇਹ ਕੀ ਗੱਲ? ਬਸ ਜੀ, ਮਹਾਰਾਜ ਦੇ ਬਹੁਤ ਨਿਸ਼ਚ ਆ, ਹਰੇਕ ਜਗ ਗੱਲ ਪੂਰੀ ਹੁੰਦੀ ਆ। ਪੰਜ ਬਾਣੀਆਂ ਦਾ ਪਾਠ ਕਰੀਦਾ ਉੱਠ ਕੇ, ਝੂਠ ਨਹੀਂ ਬੋਲੀਦਾ। ਮੀਟ ਆਂਡਾ ਮੀਟ ਬੰਦ ਕਰਦਾ ਅਕੈਡਮੀ ਚੋਂ, ਆਪ ਨਹੀਂ ਖਾਂਦੇ ਆਪਾਂ। ਹੁਣ ਘੋੜਾ ਕਿਹੜਾ ਮੀਟ ਖਾਂਦਾ? ਘੋੜਾ ਸਾਰੇ ਜਾਨਵਰਾਂ ਨੂੰ ਤੰਗ। ਪਹਿਲਾਂ ਤਾਂ ਤੁਸੀਂ ਪਹਿਲਾਂ ਉਹ ਖਾਂਦੇ ਸੀ ਪਹਿਲਾਂ, ਹੁਣ ਜਿੰਨਾ ਹੁਣ ਗਿਆਨ ਆ ਗਿਆ ਹੁਣ ਠੀਕ ਆ, ਨਹੀਂ ਖਾਣਾ ਬਈ। ਅੱਛਾ, ਹਨਾ ਘੋੜਾ ਖਰਚੇ ਮਾਰੇ ਤਾਂ ਨੀ ਕਹਿੰਦੇ ਮੁੰਡਿਆਂ ਨੂੰ? ਮੈਂ ਰੋਜ਼ ਬਾਜੀ ਤਾਂ ਇੱਕ ਇੱਕ ਬੱਕਰਾ ਖਾ ਜਾਂਦਾ ਸੀਗਾ ਦਿਨਾਂ ਚ, ਤੇ ਹੁਣ ਕੋਈ ਕੋਈ ਖਰਚੇ ਨੀ। ਇਹਨਾਂ ਨੂੰ ਕਹੀਦਾ ਘਿਓ ਕਿੰਨਾ ਮਰਜ਼ੀ ਖਾ ਲਓ, ਘਿਓ ਆਪ ਵੀ ਦੇਈਦਾ, ਬਦਾਮ ਵੀ ਜਿਹੜੇ ਡਿਜ਼ਰਵ ਕਰਦੇ ਤਕੜੇ ਆ, ਉਹਨਾਂ ਕਹਿੰਦਾ ਖਾਓ ਬਦਾਮ ਕਿੰਨੇ ਮਰਜ਼ੀ, ਘਿਓ ਵੀ ਖਾਓ। ਭਾਰ ਸਾਰੇ ਮੁੰਡਿਆਂ ਦਾ ਤਕਰੀਬਨ 2.5-3 ਕਿਲੋ-4 ਕਿਲੋ ਮਹੀਨੇ ਚ ਵੱਧਦਾ। ਅੱਛਾ, ਕੋਈ ਬੱਕਰਾ ਨੀ ਖਾਂਦੇ, ਕੋਈ ਮੁਰਗਾ ਨੀ ਖਾਂਦੇ, ਕੋਈ ਹਜੇ ਪ੍ਰੋਟੀਨ ਨਹੀਂ ਇਹਨੇ ਲਿਆ। 2.5-3 ਕਿਲੋ ਜਿਹੜਾ ਬੰਦਾ ਪੂਰਾ ਸਕਿੰਨੀ ਆ, ਉਹ ਰਾਜਸਥਾਨ ਵਾਲਾ ਕਿੱਥੇ ਆ? ਅੱਛਾ, ਰਾਜਸਥਾਨ ਤੋਂ ਵੀ ਆਇਆ ਹੋਇਆ? ਕਿੱਥੇ ਇੱਧਰ ਆਓ ਪਤਾ, ਇਹ ਕਿੱਥੋਂ ਆਇਆ ਭਾਜੀ? ਟੀ ਸ਼ਰਟ ਲਾ, ਇਹ ਰਾਜਸਥਾਨ ਤੋਂ ਆਇਆ ਮੁੰਡਾ, ਨਿੱਕਰ ਵੀ ਲਾ ਦੇ ਪਤਾ ਟੈਟੀ ਦਾ। ਅੱਛਾ, ਇਹ ਸਪੈਸ਼ਲ ਰਾਜਸਥਾਨ ਤੋਂ? ਦੇਖ ਇਹ ਕਿੰਨਾ ਸਕਿੰਨੀ ਆ ਮੁੰਡਾ, ਹਨਾ, ਬਹੁਤ ਰੈਸਲਰ ਵੀ ਆ ਇਹ, ਤੇ ਜੰਪ ਕਰ ਪਤਾ ਇੱਥੇ। ਹੁਣ ਦੇਖੋ ਇਹਦੇ ਇਹਦਾ ਵਜਨ 2-2.5 ਕਿਲੋ ਵੱਧਦਾ। ਅੱਛਾ, ਇਹ ਮੁੰਡੇ ਦਾ, ਇਹ ਮੁੰਡਿਆਂ ਦੇ ਸਾਰਿਆਂ ਦੇ ਸਿਕਸ ਪੈਕ ਬਣੇ ਪਏ ਆ ਬਾਜੀ। ਇਹ ਵੀਰੇ ਦੇਖੀ ਸਹੀ ਇਹ ਕੀ ਕਰਦੇ ਆ। ਹਾਂ, ਸਿਕਸ ਪੈਕ ਉਦੋਂ ਬਣਦੇ ਆ ਹਾਂ ਜਦੋਂ ਅੰਕ ਅੰਕ ਤੇ ਤਿਆਰੀ ਹੋ ਜੇ, ਉਦੋਂ ਬਣਦੇ ਆ ਇਹ। ਅੱਛਾ, ਹਾਂ ਪਾਲਾ ਪੁੱਤ, ਇਹਦਾ ਭਾਰ ਮਹੀਨੇ ਚ ਮੈਨੂੰ ਆਇਆ ਸੀ, ਮੈਂ ਕਿਹਾ ਇਹਦਾ ਬਹੁਤ ਔਖਾ ਵਧਣਾ ਵੇਟ, ਵੀ ਮਸਲ ਸਾਰੇ ਮਸਲ ਵਾਲਾ ਕੰਮ ਹਨਾ। ਇਹਦਾ 2 ਕਿਲੋ ਭਾਰ ਵੱਧਦਾ ਹਰੇਕ ਮਹੀਨੇ, ਹਰੇਕ ਮਹੀਨੇ। ਹਾਂ, ਰੋਟੀ ਪਾਣੀ ਬਹੁਤ ਵਧੀਆ ਬਣਾਉਂਦੇ ਆ, ਗੱਲ ਦਾ ਇਹ ਆ ਐਕਸਰਸਾਈਜ਼ ਹੁੰਦੀ ਆ, ਐਕਸਰਸਾਈਜ਼ ਕਰਕੇ ਇਹਨਾਂ ਨੂੰ ਕੋਈ ਜਾਣ ਦਾ ਬਾਹਰ ਅਧਿਕਾਰ ਨਹੀਂ, ਆਰਾਮ ਨਾਲ ਪੈ ਜਾਣਾ, ਏਸੀ ਲਾਇਆ ਉੱਥੇ। ਅੱਛਾ, ਲੈਟ ਜੋ ਬਸ, ਲੈਟ ਜੋ ਬਸ, ਸ਼ਾਮ ਨੂੰ ਐਕਸਰਸਾਈਜ਼ ਕਰਨੀ ਆ, ਰੋਟੀ ਪਾਣੀ ਖਾਧਾ, ਆਰਾਮ ਨਾਲ ਪੈ ਜਾ ਸਾਧਨਾ। ਹਾਂਜੀ, ਵੀ ਤਾਂ ਬਾਜੀ ਇੱਥੇ ਆਏ ਹੋ ਤਾਂ ਬਾਜੀ ਜੰਡ ਤਾਂ ਹੀ, ਤੀਜੇ ਬੰਦੇ ਦੀ ਕਿਸੇ ਦੀ ਐਂਟਰੀ ਨਹੀਂ। ਅੱਛਾ, ਨਸ਼ੇ ਨੁਸ਼ੇ ਵਾਲੇ ਮੁੰਡੇ ਦੀ ਵੀ ਸਰਾਉਨੇ ਆ, ਨਸ਼ਾ 2-3 ਆਏ ਆ ਮੁੰਡੇ, ਛੱਡ ਕੇ ਗਏ ਆ। ਕਿਵੇਂ ਬਗੈਰ ਇਲਾਜ ਤੋਂ ਕਿਵੇਂ ਛੱਡ ਜਾਣਗੇ ਵੀਰੇ? ਮਾੜਾ ਮੋਟ ਉਹਨਾਂ ਨੂੰ ਪੇਨ ਪੂਨ ਕਲਰ ਦੇ ਦੇਦੀ ਅੱਖ ਦੀ, ਐਕਸਰਸਾਈਜ਼ ਨਾਲ ਕਰਾਈ ਦੀ ਆ ਬਾਜੀ। ਪਹਿਲਾਂ ਇਹ ਗੱਲ ਤਾਂ ਦੇਖੋ, ਨਸ਼ਾ ਛੱਡਣਾ ਮੰਨ ਲਓ ਦਿਮਾਗੀ ਕੀੜਾ ਵਾ ਆਪਾਂ, ਚਲੋ ਮੇਰਾ ਵੀ ਆਉਣ ਦਾ ਮਨ ਸੀਗਾ ਬਈ ਮੈਂ ਵੀ ਬਾਜੀ ਕੋਲ ਜਾਇਆ ਕੋਲ, ਸਾਡਾ ਵੀ ਵਜਨ ਵਧਿਆ ਪਿਆ, ਤੇ ਬਈ ਉਹ ਹੁਣ ਅਣਜਾਣ ਬੰਦੇ ਉਹ ਕਿਤੇ ਦੂਜਿਆਂ ਨੂੰ ਮਨਾ ਖਰਾਬ ਕਰ ਜਾਣ। ਨਹੀਂ ਨਹੀਂ, ਇਹ ਤਾਂ ਬੈਠਕ ਦੀ, ਨਸ਼ਾ ਤਾਂ ਬੈਠਕ ਦੀ ਗੱਲ ਆ, ਬੈਠਕ ਉਹੀ ਗੱਲ, ਤੁਸੀਂ ਨਸ਼ੇ ਵਾਲੇ ਵਿੱਚ ਬੰਦੇ ਛੁਡਾਉਣ ਵਾਲੇ ਬਾੜਦੇ, ਉਹ ਦੂਜਿਆਂ ਨੂੰ ਮਨਾ ਲਾ ਜਾਣ। ਨਹੀਂ ਨਹੀਂ ਨਹੀਂ, ਉਹ ਤਲਾਸੀ ਲੈ ਕੇ ਸਾਰਾ ਕੁਝ ਐਂਟਰੀ ਕਰਦੇ ਆ ਅਸੀਂ, ਚੋਰਾਂ ਤੋਂ ਕਾਹਦੀ ਤਲਾਸੀ? ਨਹੀਂ ਨਹੀਂ ਨਹੀਂ, ਕੀ ਯਾਰ, ਨਾ ਤਾਂ ਪਹਿਲਾਂ ਜਦ ਆਉਣਾ ਉਹਦੀ ਤਲਾਸੀ ਕਰਨੀ ਆ ਸਮਾਨ ਦੀ, ਠੀਕ ਆ ਜੀ। ਤੀਜੇ ਬੰਦਾ ਉਹਨੂੰ ਉਹਦੇ ਬੰਦਿਆਂ ਨੇ ਦੋਨੇ ਰਹਿਣਾ ਤਲਾਸ਼ੀ ਦਾ ਬਾਜੀ। ਇਹ ਤਾਂ ਐਵੇਂ ਗੱਲਾਂ, ਜੇਲ੍ਹ ਚ ਕਿੱਥੇ ਚਲੇ ਜਾਂਦਾ ਸਮਾਨ ਜਿੱਥੇ 100 ਤਲਾਸ਼ੀਆਂ ਹੋ ਗਈਆਂ? ਜੇਲ੍ਹ ਚ ਚੱਲਦਾ ਹੋਊ, ਜੇਲ੍ਹ ਚ ਕਪਟੀ ਨੇ ਲੋਕ, ਇੱਥੇ ਕਪਟ ਵਾਲਾ ਹੀ ਨਾ ਕੋਈ, ਇਹ ਕਪਟ ਵਾਲਾ ਨੇ ਹਨਾ, ਇੱਥੇ ਇਹਨਾਂ ਦੀ ਡਿਊਟੀ ਹੈ ਮੇਰੇ ਤੋਂ ਬਾਅਦ, ਤੀਜੇ ਬੰਦੇ ਨੇ ਨਹੀਂ ਆਉਣਾ ਇੱਥੇ, ਠੀਕ ਆ। ਜੇ ਬਾਹਰ ਵੀ ਜਾਣਾ, ਬਾਹਰ ਅੰਦਰ ਜਾਣਾ, ਜੰਗਲ ਪਾਣੀ ਜਾਣਾ, ਨਾਲ ਦੋ ਜਣੇ ਨੇ ਜਾਣਾ। ਅੱਛਾ, ਐਕਸਰਸਾਈਜ਼ ਨਾਲ ਕਰਾਉਣੀ, ਥੱਕ ਥੁੱਕ ਕੇ ਆਪੇ ਹੀ ਪੈ ਜਾਂਦੇ ਨੇ, ਉਹ ਥੱਕ ਕੇ ਪੈ ਜਾਂਦੇ।